साथियों, मैं धीरज पाल सिंह, वेल्डर इंस्ट्रक्टर, सरकारी आईटीआई फरीदकोट। अज अपनी जॉब बनाने का विषय ऑक्सीएसटीलीन गैस वेल्डिंग द्वारा एमएस पाइप बाहरी व्यास 50x50 वॉल थिकनेस 3 mm 1G रोलिंग पोजीशन विच बट जोड़ लगाउण दी प्रैक्टिस। तुसीं इस चित्र विच जिहड़ा ड्राइंग दा जिहड़ा साइज़ है वह चंगी तरह देख सकते हो। जिहड़ा ड्राइंग दा साइज़ है वह मिलीमीटर दे विच है। हुण तुहानूं मैं जिहड़े जॉब सीकुएंस दसूंगा। पाइप नूं 77 mm लंबाई ते कटना है ते उहनां दे किनारिआं नूं 75 mm वर्गाकार फाइल करना है। पाइप दे हेठले किनारे ते 1.5 mm रूट फेस छड़दे होए 35 डिग्री बीवल एज बनाउणा है। कट्टे होए पाइपां तों बुर हटाउण तों मगरों अंदरला ते बाहरला तल साफ करना है। 5 नंबर नोजल नूं अपल दी चोण करनी है। डाया 1.6 mm CCMS फिलर रोड दी चोण करनी है अते दोनों गैसां दे लई 0.15 किलोग्राम पर सेंटीमीटर जिहड़ा दबाव है वह सैट करना है। उचित रूट गैप अते कोएक्सियल पाइप बट जोड़ बनाउण दे लई पाइपां नूं चैनल फिक्सचर ते सैट करना है। हुण ऑक्सी एसटीलीन प्लाट चला के न्यूट्रल फ्लेम सैट करनी है। 1.5 mm रूट गैप रख के ते 3 स्थानां ते टांके आपां वैल्ड करने हैं। पाइप घेरे नूं 4 खंडां विच विभाजित करना है। उचित ब्लो पाइप अते फिलर रोड दे उपयोग नाल 3 बजे दी स्थिति तों आरंभ करदे होए पाइप घुमा के 12 बजे दी स्थिति तक रूट रन डिपॉजिट करना है। अपना जिहड़ा पहला खंड है वह वैल्ड हो जाएगा। हुण पाइप नूं घुमाउणा है ਤਾਂ ਕਿ ਪਹਿਲੇ ਖੰਡ ਵਿੱਚ ਬਣੇ ਰੂਟ ਰਨ ਦਾ ਸਿਰਾ 3 ਵਜੇ ਦੀ ਸਥਿਤੀ ਵਿੱਚ ਆ ਜਾਵੇ। ਫਿਰ ਰੂਟ ਰਨ ਦਾ ਦੂਜਾ ਖੰਡ ਵੈਲਡ ਕਰਨਾ ਹੈ। ਇਸੇ ਤਰੀਕੇ ਨਾਲ ਰੂਟ ਰਨ ਦਾ ਤੀਜਾ ਤੇ ਚੌਥਾ ਜਿਹੜਾ ਖੰਡ ਹੈ ਉਹ ਵੀ ਆਪਾਂ ਪੂਰਾ ਕਰਨਾ ਹੈ। ਫਿਰ ਰੂਟ ਰਨ ਨੂੰ ਸਟੀਲ ਤਾਰ ਦੇ ਬ੍ਰਸ਼ ਨਾਲ ਸਾਫ਼ ਕਰਨਾ ਹੈ। ਹੁਣ 7 ਨੰਬਰ ਦੀ ਨੋਜ਼ਲ ਨੂੰ ਆਪਾਂ ਸਿਲੈਕਟ ਕਰਨਾ ਹੈ। ਡਾਇਆ 3 mm CCMM ਫਿਲਰ ਰੋਡ ਦੀ ਚੋਣ ਕਰਨੀ ਹੈ ਕਿਉਂਕਿ ਆਪਾਂ ਸੈਕਿੰਡ ਜਿਹੜਾ ਰੂਟ ਰਨ ਜਮਾਉਣਾ ਹੈ ਅਤੇ ਦੋਨਾਂ ਗੈਸਾਂ ਦੇ ਲਈ ਆਪਾਂ 0.15 kg ਪਰ ਸੈਂਟੀਮੀਟਰ ਸਕੁਅਰ ਦਬਾਅ ਸੈੱਟ ਕਰਨਾ ਹੈ। ਤੇ ਸੈਕਿੰਡ ਰੂਟ ਰਨ ਦੇ ਲਈ ਆਪਾਂ ਜਿਹੜੀ ਹੈ ਨਿਊਟਰਲ ਫਲੇਮ ਸੈੱਟ ਕਰਨੀ ਹੈ। ਬਲੋ ਪਾਈਪ ਵਿੱਚ ਕੁਝ ਵੀਵਿੰਗ ਦਾ ਉਪਯੋਗ ਕਰਦੇ ਹੋਏ ਦੂਸਰੇ ਰਨ ਦੇ ਡਿਪੋਜ਼ਿਟ ਨਾਲ ਵੀ ਗਰੂਵ ਨੂੰ ਆਪਾਂ ਭਰਨਾ ਹੈ ਜਿਸ ਨਾਲ ਵੀ ਅਤੇ ਰੂਟ ਰਨ ਦੇ ਦੋਨੋਂ ਫੇਸ ਉਚਿਤ ਰੂਪ ਨਾਲ ਫਿਊਜ਼ ਹੋਣ। ਉਚਿਤ ਬੀਡ ਸਾਈਜ਼ ਪ੍ਰੋਫਾਈਲ ਅਤੇ ਰੀਇਨਫੋਰਸਮੈਂਟ ਨੂੰ ਯਕੀਨੀ ਬਣਾਉਂਦੇ ਹੋਏ ਨਾਲ ਨਾਲ ਅੰਡਰਕੱਟ ਅਤੇ ਹੋਰ ਵੈਲਡ ਦੋਸ਼ਾਂ ਨੂੰ ਰੋਕਣਾ ਹੈ। ਹੁਣ ਆਪਣੀ ਜਿਹੜੀ ਜੋਬ ਹੈ ਵੈਲਡ ਹੋ ਕੇ ਤਿਆਰ ਹੋ ਗਈ ਹੈ। ਹੁਣ ਆਪਾਂ ਜੋੜ ਨੂੰ ਸਾਫ਼ ਕਰਨਾ ਹੈ ਅਤੇ ਬਾਹਰੀ ਦੋਸ਼ਾਂ ਲਈ ਆਪਾਂ ਨਿਰੀਖਣ ਕਰਨਾ ਹੈ। ਹੁਣ ਆਪਾਂ ਪਾਈਪ ਕਟਰ ਦੁਆਰਾ ਪਾਈਪ ਦੀ ਕਟਿੰਗ ਕਰਾਂਗੇ। ਆਪਾਂ 77 mm ਮਈਰ ਕੀਤਾ ਹੈ। ਨਿਸ਼ਾਨ ਲਗਾਉਣ ਤੋਂ ਬਾਅਦ ਪਾਈਪ ਕਟਰ ਦੁਆਰਾ ਪਾਈਪ ਦੀ ਕਟਿੰਗ ਕਰਾਂਗੇ। ਪਾਈਪ ਕੱਟਣ ਤੋਂ ਬਾਅਦ ਜਿਹੜੇ ਕਿਨਾਰੇ ਹੈ ਉਹ ਆਪਾਂ 90 ਡਿਗਰੀ 'ਤੇ ਕਰਾਂਗੇ ਅਤੇ ਜਿਹੜਾ ਪਾਈਪ ਦਾ ਸਾਈਜ਼ ਹੈ ਉਹ 75 mm ਕਰਾਂਗੇ ਲੰਬਾਈ ਅਨੁਸਾਰ। ਇਸ ਤੋਂ ਬਾਅਦ ਜਿਹੜੀ ਪਾਈਪ ਦਾ ਜਿਹੜੀ ਆਪਾਂ ਰੂਟ ਫੇਸ ਹੈ ਉਹ 1.5 mm ਬਣਾਵਾਂਗੇ ਅਤੇ ਜਿਹੜੇ ਆਪਣਾ ਪਾਈਪ ਦੇ ਜਿਹੜੇ ਕਿਨਾਰੇ ਹੈ ਉਹ 35 ਡਿਗਰੀ 'ਤੇ ਬੀਵਲ ਕਰਾਂਗੇ। ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਆਪਾਂ ਨਿਊਟਰਲ ਫਲੇਮ ਬਣਾਵਾਂਗੇ ਅਤੇ
ਆਪਾਂ 1.5 ਐਮ ਐਲ ਦੇ ਵਿੱਚ ਗੈਸ ਰੱਖ ਕੇ ਹੀ ਲੈਣੀ ਹੈ, ਚਾਰ ਟਾਂਕੇ ਵੈਲਡ ਕਰਾ। ਹੁਣ ਆਪਾਂ ਦੂਜਾ ਟਾਂਕਾ ਵੈਲਡ ਕਰਾਂਗੇ। ਹੁਣ ਇਸੇ ਪ੍ਰਕਾਰ ਆਪਾਂ ਤੀਜਾ ਤੇ ਜਿਹੜਾ ਚੌਥਾ ਟਾਂਕਾ ਹੈ ਉਹ ਵੈਲਡ ਕਰਾਂਗੇ। ਆਪਾਂ ਹੁਣ ਚੌਥਾ ਜਿਹੜਾ ਟਾਂਕਾ ਹੈ ਵੈਲਡ ਕਰ ਰਹੇ ਹਾਂ। ਹੁਣ ਆਪਾਂ ਚਾਰ ਖੰਡਾਂ ਦੇ ਵਿੱਚ ਇਹਨੂੰ ਵੈਲਡ ਕਰਾਂਗੇ ਘੁਮਾ ਕੇ। ਆਪਾਂ 1.6 ਐਮ ਐਮ ਦਾ ਫਿਲਰ ਰੋਡ ਦੀ ਯੂਜ ਕੀਤਾ ਹੈ ਤੇ ਨਿਊਟਰਲ ਫਲੇਮ ਦੀ ਵਰਤੋਂ ਕੀਤੀ ਹੈ। ਤਿੰਨ ਤੋਂ 12 ਵਜੇ ਦੀ ਪੋਜੀਸ਼ਨ ਵਿੱਚ ਵੈਲਡ ਕਰਾਂਗੇ। ਇਸ ਲਈ ਆਪਾਂ ਨਿਊਟਰਲ ਫਲੇਮ ਤੇ ਫਿਲਰ ਰੋਡ ਦੀ ਕੀ ਵਰਤੋਂ ਹੈ ਵੈਲਡਿੰਗ ਲਈ ਕਰ ਰਹੇ ਹਾਂ। ਸਾਡੀ ਜੋਬ ਬਣ ਕੇ ਤਿਆਰ ਹੋ ਗਈ ਹੈ, ਤੁਸੀਂ ਦੇਖ ਵੀ ਸਕਦੇ ਹੋ। ਆਕਸੀਸੈਟਲੀਨ ਗੈਸ ਵੈਲਡਿੰਗ ਦੁਆਰਾ ਪਾਈ ਬਟ ਜਮੋਇਡ ਬਣਾਉਣ ਦੀ ਪ੍ਰੈਕਟਿਸ।